जी सर नाका सर इस वेले सर ठीक है सर जी सर मैं तो यार भैन आई सी घर रखड़ी बना चलिया सी चल मना कोई गल नहीं इधर आयो भी जदों भी किसी बंदे की चैकिंग करनी है ना उन्हें प्रॉपर चैकिंग करनी है कोई भी सखी व्यक्ति अंदर ना जाए अपनी ड्यूटी ध्यान ना करनी है ठीक है जो सीनियर अफसर ने हिदायत दित्तियां ने उसकी पालना करनी है बरीकी ना चैकिंग करनी है ठीक है ओके गुड हाँ जी जस्सी वीर जी कित्थे हो तुसी मैं कदों दी वेट कर रही हूँ यार मैं बस आन लग गया मैं ड्यूटी ते हाँ हजे वीर जी जल्दी आ जाओ रखड़ी बनने दा टाइम भी लंघदा जा रहा यार मैं की करा त्योहार करके सारे दी ड्यूटी लगी हुई है मेरा कुछ नहीं पता भी कद फ्री होऊंगा अज मेरा आना मुश्किल है वीरे मैंने चावां नाल रखड़ी लेके आई हूँ ਤੁਸੀਂ ਕਿਸੇ ਨੂੰ ਕਹਿ ਕੇ ਆ ਜਾਓ ਕਿ ਮੈਂ ਰੱਖੜੀ ਬਨਵਾ ਕੇ ਆਇਆ ਭੈਣੇ ਸਮਝਿਆ ਕਰ ਮੈਂ ਡਿਊਟੀ ਨਹੀਂ ਛੱਡ ਸਕਦਾ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੀ ਪੁਲਿਸ ਮੁਲਾਜ਼ਮ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਰੱਖੜੀ ਨਹੀਂ ਬਣਵਾਈ ਹੋਣੀ ਉਹ ਵੀ ਤਾਂ ਕਿਸੇ ਦੇ ਭਰਾ ਨੇ ਤੂੰ ਸਮਝਿਆ ਕਰ ਮੈਂ ਹਜੇ ਬਿਜ਼ੀ ਹਾਂ ਡਿਊਟੀ 'ਤੇ ਹਾਂ ਤੈਨੂੰ ਬਾਅਦ 'ਚ ਕਰਦਾ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੀ ਪੁਲਿਸ ਮੁਲਾਜ਼ਮ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਰੱਖੜੀ ਨਹੀਂ ਬਣਵਾਈ ਹੋਣੀ ਉਹ ਵੀ ਤਾਂ ਕਿਸੇ ਦੇ ਭਰਾ ਨੇ ਵੀਰ ਜੀ ਹਾਂਜੀ ਭੈਣ ਜੀ ਵੀਰ ਜੀ ਹਾਂਜੀ ਮੈਮ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਸੀ ਚੋ ਭੈਣ ਜੀ ਵੀਰ ਜੀ ਅੱਜ ਰੱਖੜੀ ਦਾ ਤਿਉਹਾਰ ਹੈ ਤੇ ਥੋੜਾ ਗੁੱਟ ਸੁਣਨਾ ਪਿਆ ਬਸ ਭੈਣ ਜੀ ਜਾ ਰਿਹਾ ਸੀ ਘਰ ਨੂੰ ਰੱਖੜੀ ਬਣਾਉਣ ਡਿਊਟੀ ਲੱਗ ਗਈ ਹੁਣ ਜਦੋਂ ਡਿਊਟੀ ਖਤਮ ਹੋਊਗੀ ਉਸ ਤੋਂ ਬਾਅਦ ਦੇਖਦੇ ਹਾਂ ਜੇ ਸਮਾਂ ਮਿਲਿਆ ਤਾਂ ਬਣਾ ਲਾਂ ਵੀਰ ਜੀ ਮੈਂ ਇਹ ਰੱਖੜੀ ਬੜੇ ਚਾਵਾਂ ਨਾਲ ਆਪਣੇ ਭਰਾ ਲਈ ਖਰੀਦੀ ਸੀ ਤੇ ਉਹ ਵੀ ਤੁਹਾਡੇ ਵਾਂਗ ਪੁੱਛ ਚ ਹੈ ਤੇ ਉਹ ਵੀ ਅੱਜ ਡਿਊਟੀ ਤੇ ਨੇ ਕੀ ਮੈਂ ਇਹ ਰੱਖੜੀ ਤੁਹਾਡੇ ਬਣ ਸਕਦੀ ਹਾਂ ਰੱਖੜੀ ਮੇਰੇ ਹਾਂਜੀ ਵੀਰ ਜੀ ਜੇ ਮੈਂ ਅੱਜ ਕਿਸੇ ਦੇ ਭਰਾ ਦੇ ਰੱਖੜੀ ਬੰਨਾਂਗੀ ਕੀ ਪਤਾ ਕੋਈ ਭੈਣ ਅੱਜ ਮੇਰੇ ਭਰਾ ਦੇ ਰੱਖੜੀ ਬੰਨ ਦੇਵੇ